ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੇਨਿਕ ਸੂਰਾ ਟਾਈਮ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਇਸ ਸਮੇਂ ਕਿਸਾਨ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਨੇ ਤੇ ਇਸ ਸਮੇਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀ ਆਪਸ ਦੇ ਵਿੱਚ ਖੀਤਾ ਖੀਚਾ ਦਾਨੀ ਚੱਲ ਰਹੀ ਹੈ ਲੇਕਿਨ ਦੂਜੇ ਪਾਸੇ ਅਗਰ ਗੱਲ ਕਰੀਏ ਇੰਡਸਟਰੀ ਵੀ ਪ੍ਰਭਾਵਿਤ ਹੋ ਰਹੀ ਹੈ ਅਗਰ ਗੱਲ ਕਰੀਏ ਵਿంటర్ ਸੀਜ਼ਨ ਦੀ ਤਾਂ ਵਪਾਰੀ ਵਰਗ ਇਸ ਸਮੇਂ ਵੀ ਓਖੇ ਸਮੇਂ ਤੋਂ ਗੁਜ਼ਰ ਰਿਹਾ ਹੈ ਕਿਉਂਕਿ ਸਰਦੀਆਂ ਜਿਹੜੀਆਂ ਨੇ ਇਸ ਸਮੇਂ ਟਾਈਮ ਤੇ ਆ ਗਈਆਂ ਔਰ ਲੋਕ ਨੇ ਖਰੀਦੋ-ਫਰੋਕਤ ਕਰਨ ਆ ਰਹੇ ਨੇ ਜਾਂ ਨਹੀਂ ਆ ਰਹੇ ਨੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਹੈ ਮਾਲੀ ਗੰਜ ট্রেਡਰ ਐਸੋਸੀਏਸ਼ਨ ਤੋਂ ਜਨਰਲ ਸੈਕਟਰੀ ਵਿਪਨ ਸੂਤ ਜੀ ਗੱਲਬਾਤ ਕਰ ਲੈਣੇ ਆ ਸਰ ਇਸ ਸਮੇਂ ਜਿਹੜਾ ਇੰਡਸਟਰੀ ਹੈ ਪ੍ਰਭਾਵਿਤ ਹੋ ਰਹੀ ਹੈ ਨਹੀਂ ਹੋ ਰਹੀ ਇਹ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਕਿਉਂਕਿ ਸਰਦੀਆਂ ਆਲਰੇਡੀ ਆ ਗਈਆਂ ਤੇ ਹੁਣ ਅੱਗੇ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਸਰਦੀਆਂ ਦੀ ਲੋਕ ਵੇਟ ਕਰਦੇ ਸੀਗੇ ਕਿ ਸਮਾਨ ਬਣਿਆ ਪਿਆ ਲੇਕਿਨ ਉਹ ਸੇਲਾਂ ਦੇ ਥਰੂ ਜਾਂਦਾ ਸੀਗਾ ਲੇਕਿਨ ਸਰਦੀਆਂ ਚ ਕਰੰਟ ਸਿਚੁਏਸ਼ਨ ਕੀ ਹੈਗੀ ਹੈ ਇਸ ਸਮੇਂ ਇਸ ਵੇਲੇ ਜੀ ਸਰਦੀ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਸਰਦੀ ਬਿਲਕੁਲ ਟਾਈਮ ਤੇ ਹੈ ਲੇਕਿਨ ਆਹ ਟ੍ਰੇਨਾਂ ਬੰਦ ਹੋਣ ਕਰਕੇ ਕਿਸਾਨਾਂ ਨੂੰ ਲੋਨ ਕਰਕੇ ਜਿਹੜਾ ਵਪਾਰੀ ਹੈ ਦੂਰ ਦਰਾਡੇ ਦਾ ਵਪਾਰੀ ਹੈ ਉਹ ਇੱਥੇ ਨਹੀਂ ਪਹੁੰਚ ਪਾ ਰਿਹਾ ਬਿਲਕੁਲ ਨੇੜੇ ਨੇੜੇ ਦੇ ਤਾਂ ਚਲੋ ਆ ਰਹੇ ਐ ਲੇਕਿਨ ਜਿਹੜੇ ਦੂਰ ਦੇ ਆ ਵਪਾਰੀ ਬਿਲਕੁਲ ਨਹੀਂ ਆ ਰਿਹਾ ਜੇ ਉਹਨਾਂ ਨੂੰ ਕੋਈ ਮਾਲ ਚਾਹੀਦਾ ਉਹ ਕਹਿੰਦੇ ਜੀ ਵਟਸਐਪ ਕਰੋ ਅਸੀਂ ਕਹਿੰਦੇ ਠੀਕ ਹੈ ਜੀ ਵਟਸਐਪ ਕਰਦੇ ਆ ਵਟਸਐਪ ਤੇ ਮਾਲ ਹੁਣ ਟੱਚਦਾ ਉਹਦਾ ਪਤਾ ਨਹੀਂ ਲੱਗਣਾ ਮਾਲ ਅਸੀਂ ਭੇਜ ਦਿੰਨੇ ਵਟਸਐਪ ਤੇ ਇਹ ਵੀ ਪਰੇਸ਼ਾਨੀ ਆ ਰਹੀ ਹੈ ਸਾਡੇ ਵਪਾਰੀਆਂ ਨੂੰ ਕਿ ਵਟਸਐਪ ਤੇ ਮਾਲ ਜਿਹੜਾ ਭੇਜਿਆ ਜਾਂਦਾ ਉਤੋਂ ਵਪਾਰੀ ਬਾਅਦ ਚ ਕਹਿੰਦਾ ਜਾਂ ਤਾਂ ਵਪਾਰੀ ਕੋਈ ਐਸ ਕਰਕੇ ਜੇ ਉਹਦੀ ਵਿਕਰੀ ਨਹੀਂ ਹੁੰਦੀ ਤੋ ਕਹਿੰਦਾ ਜੀ ਇਹ ਮਾਲ ਜੋ ਮੈਨੂੰ ਚਾਹੀਦਾ ਸੀ ਉਹ ਨਹੀਂ ਹੈਗਾ ਇਸ ਕਰਕੇ ਬੜਾ ਵਾਪਸੀ ਦੇ ਵੀ ਪਰੇਸ਼ਾਨੀ ਆ ਰਹੀ ਹੈ ਅਗਰ ਗੱਲ ਕਰੀਏ ਵਿంటర్ ਸੀਜ਼ਨ ਦੀ ਜਿੱਥੇ ਕਿਸਾਨੀ ਅੰਦੋਲਨ ਕਰਕੇ ਇੰਡਸਟਰੀ ਜਿਹੜੀ ਪ੍ਰਭਾਵਿਤ ਹੋਈ ਹੈ ਔਰ ਦੂਜੇ ਪਾਸੇ ਵਿంటర్ ਸੀਜ਼ਨ ਇਸ ਸਮੇਂ ਚੱਲ ਰਿਹਾ ਹੈ ਇਹਦੀ ਤਿਆਰੀਆਂ ਕਦੋਂ ਤੋਂ ਸ਼ੁਰੂ ਹੋ ਜਾਂਦੀਆਂ ਕਿ ਸਰਦੀਆਂ ਆਣ ਗਈਆਂ ਸੀਜ਼ਨ ਲੱਗੇਗਾ ਤੇ ਇਸ ਸਮੇਂ ਸਿਚੁਏਸ਼ਨ ਕਿਸ ਤਰ੍ਹਾਂ ਦੀ ਬਣੀ ਹੋਈ ਹੈ ਅਸੀਂ ਇਸ ਤਰ੍ਹਾਂ ਵੀ ਵਿਸਾਖੀ ਤੋਂ ਬਾਅਦ ਸਰਦੀਆਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਸਾਡਾ ਕਿਮਰ ਫੈਕਟਰੀਿੰਗ ਸ਼ੁਰੂ ਹੋ ਜਾਂਦੀ ਹੈ 15 اپریل ਨੂੰ ਅਸੀਂ ਉਮੂਮਨ ਹਰ ਵਾਰੀ ਸ਼ੁਰੂ ਕਰ ਦਿੰਨੇ ਆ ਐਤ ਕੀ ਲੌਕਡਾਊਨ ਕਰਕੇ ਉਹ ਜਿਹੜਾ ਟਾਈਮ ਕਾਰੀਗਰ ਆਂਦਾ ਸੀ ਉਹ ਟਾਈਮ ਤੇ ਕਾਰੀਗਰ ਵਾਪਸ ਚਲੇ ਗਏ ਤਾਂ ਉਸ ਵੇਲੇ ਮਾਲ ਵੀ ਨਹੀਂ ਬਣ ਪਾਇਆ ਸਰਦੀ ਬਿਲਕੁਲ ਟਾਈਮ ਤੇ ਹੈ ਇਹ ਗੱਲ ਤੁਹਾਡੀ ਠੀਕ ਹੈ ਸਰਦੀ ਟਾਈਮ ਤੇ ਹੈ ਵਪਾਰੀ ਜਿਹੜਾ ਨੇੜੇ ਦਿਨ ਨੇੜੇ ਦਾ ਉਹ ਤਾਂ ਹੈ ਹੀ ਹੈ ਹੁਣ ਉਹ ਹਿਸਾਬ ਦਾ ਮਾਲ ਵੀ ਨਹੀਂ ਹੈ ਤੇ ਕੰਮਕਾਜ ਦੀ ਅਗਰ ਸਥਿਤੀ ਦੇਖੀਏ ਤਾਂ ਕਿਸ ਤਰ੍ਹਾਂ ਤੁਸੀਂ ਇਸ ਸਮੇਂ ਪ੍ਰੋਡਕਸ਼ਨ ਘਟਾਈ ਆ ਜਾਂ ਮੈਨੂਫੈਕਚਰਿੰਗ 'ਚ ਕੁਝ ਵਾਧਾ ਕੀਤਾ ਹੈ ਕੰਮਕਾਜ ਦੀ ਸਥਿਤੀ ਕੀ ਹੈ ਕੰਮਕਾਜ ਜੀ ਬਿਲਕੁਲ 30% ਕਮ ਹੈਗਾ ਹੈ ਸਰਦੀ ਕਰਕੇ ਤੇ ਪ੍ਰੋਡਕਸ਼ਨ ਤਾਂ ਉਹੀ 20-30% ਹੀ ਪ੍ਰੋਡਕਸ਼ਨ ਹੈ ਜਿਹੜੇ ਵਪਾਰੀ ਆਉਂਦੇ ਸੀਗੇ ਪਹਿਲੇ ਤੇ ਅੱਜ ਉਹ ਹਲੇ ਆ ਰਹੇ ਨੇ ਜਾਂ ਨਹੀਂ ਆ ਰਹੇ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ WhatsApp ਤੇ ਅਸੀਂ ਭੇਜਦੇ ਹਾਂ ਲਿਸਟ ਲੇਕਿਨ ਪਹਿਲੇ ਵਪਾਰੀ ਆਉਂਦਾ ਸੀ ਆਪ ਕਪੜਾ ਦੇਖਦਾ ਸੀ ਮਟੀਰੀਅਲ ਦੇਖਦਾ ਸੀ ਉਸੇ ਹਿਸਾਬ ਨਾਲ ਆਰਡਰ ਦਿੰਦਾ ਸੀ ਜੇ ਹੁਣ ਵਪਾਰੀ ਪਹੁੰਚ ਪਾ ਰਿਹਾ ਤੁਹਾਡੇ ਤੱਕ ਕਿ ਨਹੀਂ ਪਹੁੰਚ ਪਾ ਰਿਹਾ ਵਪਾਰੀ 20% ਵਪਾਰੀ ਪਹੁੰਚ ਪਾ ਰਿਹਾ ਲੇਕਿਨ 70% ਕੰਮ ਤਾਂ ਫੋਨਾਂ ਤੇ ਹੀ ਹੋ ਰਹੇ ਹਨ ਲੇਕਿਨ ਉਹਦੇ ਵਿੱਚ ਪ੍ਰੋਬਲਮ ਜਿਹੜੀ ਮੈਂ ਤੁਹਾਨੂੰ ਦੱਸੀ ਪਹਿਲਾਂ ਉਹ ਜ਼ਰੂਰ ਆ ਰਹੀ ਹੈ ਵਿੱਚ ਤੇ ਐਕਸਪੋਰਟ ਤੁਹਾਡਾ ਜਿਹੜਾ ਇੱਥੋਂ ਤੁਸੀਂ ਤਿਆਰ ਕਰਦੇ ਹੋ ਇਹ ਜਿਹੜੇ ਕੋਟ ਜਾਂ ਕੋਈ ਹੋਰ ਬੁੱਲਣ ਜਿਹੜਾ ਸਮਾਨ ਤਿਆਰ ਕਰਦੇ ਹੋ ਇਹ ਤੁਸੀਂ ਬਾਹਰ ਵੀ ਭੇਜਦੇ ਹੋ ਹੋਰ ਸੂਬਿਆਂ ਦੇ ਵਿੱਚ ਵੀ ਜਾਂਦਾ ਹੈ ਭਾਰਤ ਦੇ ਨਹੀਂ ਇੰਡੀਆ ਪੂਰੇ ਇੰਡੀਆ ਚ ਜਾਂਦਾ ਜੀ ਪੂਰੇ ਇੰਡੀਆ ਤੁਸੀਂ ਕਰ ਰਹੇ ਹੋ ਇਸ ਸਮੇ ਐਕਸਪੋਰਟ ਕਰ ਰਹੇ ਹੋ ਕਿ ਨਹੀਂ ਕਰ ਰਹੇ ਨਹੀਂ ਹੁਣ ਇਸ ਵੇਲੇ ਤਾਂ ਮਾਲ ਉਹਨਾਂ ਨਹੀਂ ਜਾ ਰਿਹਾ ਮੈਨੂੰ ਯਾਨੀ ਕਿ ਤੁਹਾਡਾ ਵੀ ਕਿਤੇ ਨਾ ਕਿਤੇ ਕੰਮਕਾਜ ਪ੍ਰਭਾਵਿਤ ਹੋਇਆ ਜਿਹੜਾ ਇਸ ਸਮੇਂ ਕਰੋਨਾ ਦਾ ਪ੍ਰਭਾਵ ਵੀ ਹੈ ਔਰ ਕਿਸਾਨੀ ਅੰਦੋਲਨ ਵੀ ਨਾਲ ਨਾਲ ਚੱਲ ਰਿਹਾ ਹੈ ਕਰੋਨਾ ਦਾ ਪ੍ਰਭਾਵ ਵੀ ਹੈ ਕਿਸਾਨੀ ਅੰਦੋਲਨ ਵੀ ਹੈ ਯਾ ਰੇਲ ਗੱਡੀਆਂ ਬੰਦ ਹੈ ਜਿਹੜੀ ਕਮਿਊਨੀਕੇਸ਼ਨ ਤੇ ਜਿਹੜੀ ਇਹ ਨਹੀਂ ਹੋ ਰਹੀ ਟਰਾਂਸਪੋਰਟੇਸ਼ਨ ਚ ਜੇ ਅਸੀਂ ਟਰਾਂਸਪੋਰਟ ਤੇ ਮਾਲ ਦਿੰਨੇ ਟਰਾਂਸਪੋਰਟਾਂ ਕੋਲ ਰਾਸ਼ੇ ਜਿਹੜਾ 15 ਦਿਨਾਂ ਚ ਪਹੁੰਚਣਾ ਉਹ ਡੇਡ ਡੇਡ ਮਹੀਨੇ ਚ ਪਹੁੰਚ ਰਿਹਾ ਤੇ ਉਸ ਕਰਕੇ ਵਪਾਰੀ ਕਹਿੰਦਾ ਮੇਰਾ ਸੀਜ਼ਨ ਹੀ ਨੰਗ ਜਾਣਾ ਮਾਲ ਮਿਲੇਗਾ ਜਦੋਂ ਰੇਟ ਦੇ ਵਿੱਚ ਵੀ ਕੁਝ ਤੁਹਾਨੂੰ ਬੜੋਤਰੀ ਦੇਖਣ ਨੂੰ ਮਿਲੀ ਹੈ ਜਾਂ ਤੁਸੀਂ ਤੁਹਾਡੇ ਵੱਲੋਂ ਐਕਸਪੋਰਟ ਜਦੋਂ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਕਿਸ ਤਰ੍ਹਾਂ ਦਾ ਬਣਿਆ ਹੋਇਆ ਜਿਹੜਾ ਖੀਚਾ ਤਾਂ ਨਹੀਂ ਆਪਸ ਦੇ ਨਹੀਂ ਰੇਟ 'ਚ ਤਾਂ ਨਹੀਂ ਬੜੋਤਰੀ ਹੋਈ ਲੇਕਿਨ ਆਲਮੋਸਟ ਕੋਸਟ ਦੇ ਵਿੱਚ ਬੜੋਤਰੀ ਹੋ ਗਈ ਹੈ ਸਾਡੇ ਪ੍ਰੋਫਿਟ ਜਿਹੜੇ ਉਹ ਘਟ ਚੁੱਕੇ ਹੈ ਅੱਛਾ ਤੁਹਾਡਾ ਮਾਰਜਨ ਜਿਹੜਾ ਪ੍ਰੋਫਿਟ ਮਾਰਜਨ ਘਟ ਚੁੱਕਿਆ ਹੈ ਤੇ ਸਰਕਾਰ ਨੂੰ ਇਸ ਸਮੇ ਜਿਹੜੀ ਸਥਿਤੀ ਬਣੀ ਹੋਈ ਹੈ ਕਿ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਕਿਸ ਤਰੀਕੇ ਦਾ ਸਮਾਧਾਨ ਹੋਣਾ ਚਾਹੀਦਾ ਜਿਹੜੀ ਤੁਸੀਂ ਸਥਿਤੀ ਤੋਂ ਇਸ ਸਮੇ ਰੂਬਰੂ ਹੋ ਰਹੇ ਹੋ ਮੈਂ ਤਾਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਕਿ ਕਿਸਾਨਾਂ ਨਾਲ ਟਾਈਪ ਕਰੋ ਕਿਸ ਤਰ੍ਹਾਂ ਹੁੰਦਾ ਕਿਸਾਨਾਂ ਦੀ ਸੁਣੀ ਜਾਵੇ ਸੂਬਾ ਸਰਕਾਰ ਨੂੰ ਵੀ ਇਹੀ ਕਹਿਣਾ ਚਾਹੁੰਦੇ ਆ ਤੇ ਸੈਂਟਰ ਸਰਕਾਰ ਨੂੰ ਵੀ ਕਹਿੰਦੇ ਆ ਵੀ ਜਿਹੜੀ ਕਿਸਾਨਾਂ ਦੀ ਪ੍ਰੋਬਲਮ ਹੈ ਉਹਨੂੰ ਜਲਦ ਤੋਂ ਜਲਦ ਹੱਲ ਕਰਤਾ ਜਾਵੇ ਤਾਂ ਜੋ ਵਪਾਰ ਪ੍ਰਭਾਵਿਤ ਅੱਗੇ ਨਾ ਹੋਵੇ ਸੋ ਇਹ ਸੰਨ ਜਨਰਲ ਸੈਕਟਰੀ ਵਿਪਨ ਸੂਤ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਇਸ ਸਮੇਂ ਵਿੰਟਰ ਸੀਜ਼ਨ ਹੈ ਜਿਹੜਾ ਸਰਦੀਆਂ ਦਾ ਸੀਜ਼ਨ ਹੈ ਉਹ ਭਾਵੇਂ ਪੂਰੇ ਟਾਈਮ ਤੇ ਹੈ ਕਿਉਂਕਿ ਇਹ ਨਵੰਬਰ ਚੱਲ ਰਿਹਾ ਇਸ ਵੇਲੇ ਕਿਉਂਕਿ ਅੱਗੇ ਕੀ ਹੁੰਦਾ ਸੀਗਾ ਕਿ ਸਰਦੀਆਂ ਥੋੜੀਆਂ ਡਿਲੇ ਹੁੰਦੀਆਂ ਸੀ ਦਸੰਬਰ ਦੇ ਵਿੱਚ ਜਾ ਕੇ ਲੋਕ ਸਰਦੀਆਂ ਦੇ ਕੱਪੜੇ ਪਰਚੇਜ਼ ਕਰਦੇ ਸੀਗੇ ਲੇਕਿਨ ਅੱਜ ਸਰਦੀਆਂ ਟਾਈਮ ਤੇ ਹੈ ਤੇ ਕੱਪੜੇ ਲੋਕਾਂ ਕੋਲ ਸਮੇਂ ਸਿਰ ਨਹੀਂ ਪਹੁੰਚ ਪਾ ਰਹੇ ਵਪਾਰੀ ਵਰਗ ਨਹੀਂ ਆ ਪਾ ਰਹੇ ਕਿਉਂਕਿ ਕਿਸਾਨੀ ਅੰਦੋਲਨ ਵੀ ਨਾਲ-ਨਾਲ ਚੱਲ ਰਿਹਾ ਹੈ ਰੇਲਾਂ ਦੀ ਆਵਾਜ਼ਾਈ ਵੀ ਘਟ ਹੈ ਰੋਕੀ ਗਈ ਹੈ ਕਿਉਂਕਿ ਯਾਤਰੀ ਟ੍ਰੇਨਾਂ ਆਲਮੋਸਟ ਬੰਦ ਹੀ ਨੇ ਹਲੇ ਵੀ ਕਈ ਸੂਬਿਆਂ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਜਿਹ ਸੰਘਰਸ਼ ਕਰ ਰਿਹਾ ਲਗਾਤਾਰ ਤੇ ਇਸ ਨਾਲ ਇੰਡਸਟਰੀ ਜਿੱਥੇ ਪ੍ਰਭਾਵਿਤ ਹੋਈ ਹੈ ਵਪਾਰੀ ਵਰਗ ਪ੍ਰਭਾਵਿਤ ਹੋ ਰਿਹਾ ਔਰ ਜਿਹੜਾ ਸਰਦੀਆਂ ਦੇ ਵਿੱਚ ਕੋਟ ਜਾਂ ਹੋਰ ਵੁੱਲਨ ਦਾ ਜਿਹੜਾ ਸਮਾਨ ਹੈ ਉਹ ਵੀ ਸਮੇਂ ਸਿਰ ਹਜੇ ਪਹੁੰਚ ਨਹੀਂ ਪਾ ਰਿਹਾ ਤੇ ਨਾਲ ਦੀ ਨਾਲ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ ਇਸ ਸਮੇਂ ਕਿਸਾਨਾਂ ਦੀ ਗੱਲ ਹੈ ਉਹਦੀ ਸੁਣਵਾਈ ਕਰਕੇ ਇਸ ਗੱਲ ਦਾ ਸਮਾਧਾਨ ਕੀਤਾ ਜਾਵੇ ਤਾਂ ਕਿ ਵਪਾਰੀ ਵਰਗ ਜਿਹੜਾ ਪ੍ਰੇਸ਼ਾਨ ਹੋਣ ਤੋਂ ਇਨ ਫਿਊਚਰ ਬਚ ਸਕੇ ਕੈਮਰਾ ਪਰਸਨ ਮੋਬੀ ਕਾਟਿਆ ਦੇ ਨਾਲ ਵਰਨ ਸੱਗੜ ਦੈਨਿਕ ਸਵੇਰਾ ਟੀਵੀ ਲੁਧਿਆਣਾ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक एना चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री फ्री फ्री, फ्री मिया रफीक मोहम्मद मोबाइल 84374 94647 84374